ਫਿਲੌਰ ਦੇ ਮੁਹੱਲਾ ਚੌਧਰੀਆਂ ਵਿਖੇ ਇੱਕ 40 ਸਾਲਾ ਵਿਅਕਤੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸੰਬੰਧੀ ਮੋਹਨ ਲਾਲ ਦਾ ਕਹਿਣਾ ਹੈ ਕਿ ਜਿਸ ਦਾ ਕਤਲ ਹੋਇਆ ਹੈ ਉਹ ਮੇਰਾ ਭਰਾ ਹੈ, ਜਿਸ ਦਾ ਨਾਮ ਸੇਵਾ ਸਿੰਘ ਰਾਜਾ ਹੈ। ਉਹ 7-8 ਸਾਲ ਤੋਂ ਆਪਣੀ ਪਤਨੀ ਅਤੇ 2 ਬੱਚੇ ਅਲੱਗ ਇਸ ਘਰ ਵਿੱਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਾਨੂੰ ਅੱਜ ਪਤਾ ਲੱਗਾ ਤਾਂ ਅਸੀਂ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ। ਇਸ ਮੌਕੇ ਥਾਣਾ ਮੁਖੀ ਫਿਲੌਰ ਬਲਵਿੰਦਰ ਸਿੰਘ ਜੌੜਾ ਅਤੇ ਫਿੰਗਰਪ੍ਰਿੰਟ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਕਿੱਦਾਂ ਪਤਾ ਕਦੋਂ ਲੱਗਿਆ ਤੁਹਾਨੂੰ ਮੌਤ? ਮੈਨੂੰ 3 ਬੰਦੇ ਜੀ ਇਹਨੇ ਨਾਲ ਦੇ ਲੈ ਕੇ ਗਏ ਆ। ਕਿੰਨੇ ਵਜੇ ਭਾਈ ਤੁਹਾਨੂੰ ਬੰਦੇ ਲੈ ਕੇ ਆਏ? 1:30 ਵਜੇ। ਕਿਹੜੇ ਬੰਦੇ ਸੀ ਭਾਜੀ? ਉਹ ਸੋਚੇ ਦਾ ਮੁੰਡਾ ਸੀ ਇੱਕ। ਅੱਛਾ ਜੀ। ਇੱਕ ਤਾਂ ਪੋਲਾ ਪੋਲਾ ਹੈਗਾ, ਕਹਿੰਦੇ ਰਾਤੀ ਉਹ ਇੱਥੇ ਸੀਗਾ ਮੌਜੂਦ। ਅੱਛਾ ਜੀ। ਅੱਛਾ, ਜਦੋਂ ਰਾਤੀ ਇੱਥੇ ਸੀ ਮੌਜੂਦ ਉਹ? ਹਾਂ ਜੀ। ਓਕੇ, ਠੀਕ ਆ। ਫਿਰ ਤੁਸੀਂ ਆਣ ਕੇ ਦੇਖਿਆ ਇਹਨੂੰ? ਤੁਸੀਂ ਆ ਕੇ ਦੇਖਿਆ ਨਾ? ਨਾ ਨਾ, ਤਾਂ ਅਸੀਂ 1:30 ਵਜੇ ਆ ਕੇ ਦੇਖਿਆ ਨਾ, ਉਹ ਆਪੇ ਲੈ ਕੇ ਆਏ ਸਾਨੂੰ। ਸਾਨੂੰ ਕੀ ਕਿਹਾ ਉਹਨਾਂ ਨੇ ਘਰੇ ਜਾ ਕੇ? ਉਹ ਵੀ ਉੱਠਦਾ ਨੀ ਪਿਆ, ਉਹਦਾ ਉਹਦੀਆਂ ਬਾਹਾਂ ਬੂਹਾਂ ਐ ਹੋਈਆਂ, ਨੀਲੀਆਂ ਹੋਈਆਂ, ਫਲਾਣਾ ਧਮਕੜਾ। 1:30 ਵਜੇ ਦੁਪਹਿਰੇ ਅੱਜ? ਹਾਂਜੀ, ਹੁਣੇ ਹੀ ਦੁਪਹਿਰੇ। ਚੈੱਕ ਕਰ ਰਹੇ ਹਾਂ ਤੇ ਉਹਦੇ ਬੇਸ ਤੇ ਜੋ ਘਰ ਦੇ ਬਿਆਨ ਲਿਖਾਉਣਗੇ ਉਹਦੇ ਬੇਸ ਤੇ ਅਸੀਂ ਜਿਹੜੀ ਅਗਲੀ ਕਾਰਵਾਈ ਕਰ ਦਾਂਗੇ। ਠੀਕ ਹੈ ਸਰ, ਇੱਥੇ ਲਾਗੇ ਛਾਗੇ ਸੀਸੀਟੀਵੀ ਕੈਮਰੇ ਵੀ ਲੱਗੇ ਹੈਗੇ ਆ, ਤੁਸੀਂ ਉਹ ਵੀ ਚੈੱਕਅਪ ਕੀਤੀ, ਕੁਛ ਪਤਾ ਲੱਗਾ ਉਹਦੇ ਵਿੱਚ ਵੀ? ਲੱਗੇ ਹੋਏ ਸਾਰੇ ਪਾਸੇ ਸੀਸੀ ਕੈਮਰੇ ਚੈੱਕ ਕਰ ਰਹੇ ਹਾਂ ਜੀ, ਤੇ ਉੱਧਰ ਵੀ ਸਾਰੇ ਜੋ ਵੀ ਹੈਗਾ। ਤੇ ਪਹਿਲਾਂ ਤਾਂ ਸਟੇਜ ਦੇ ਉੱਤੇ ਪਹਿਲਾਂ ਅਸੀਂ ਡੈੱਡ ਬੋਡੀ ਜਿਹੜੀ ਆ ਪੋਸਟਮਾਰਟਮ ਵਾਸਤੇ ਉਹਦਾ ਡੈੱਡ ਹੋਲ ਸਰਵਾਵਾਂਗੇ, ਨਾਲ ਘਰ ਦੇ ਜੋ ਬਿਆਨ ਸਾਨੂੰ ਲਿਖਾਉਣਗੇ ਉਹਦੇ ਬੇਸ ਤੇ ਅਸੀਂ ਜਿਹੜੀ ਆ ਅਗਲੀ ਕਾਰਵਾਈ ਕਰਾਂਗੇ ਜੀ। ਨਾਲ ਹੀ ਅਸੀਂ ਫੋਰੈਂਸਿਕ ਟੀਮ ਲਿਆਂਦੀ ਹੈ ਜੀ, ਉਹ ਫੋਰੈਂਸਿਕ ਟੀਮ ਵੀ ਚੈੱਕ ਕਰ ਰਹੀ ਹੈ, ਤੇ ਪਲੱਸ ਨਾਲ ਅਸੀਂ ਸੀਸੀ ਕੈਮਰੇ ਦੀ ਮਦਦ ਉਹ ਵੀ ਲੈ ਰਹੇ ਹਾਂ ਜੀ, ਤੇ ਬਾਕੀ ਜਿਹੜੇ ਤੱਥ ਸਾਹਮਣੇ ਆਉਣਗੇ ਜਿਹੜੇ ਘਰ ਦੇ ਉਹ ਬਿਆਨ ਲਿਖਾਉਣਗੇ ਜੀ, ਤੇ ਉਹਦੇ ਬੇਸ 'ਤੇ ਅਸੀਂ ਕਾਰਵਾਈ ਅਗਲੀ ਕਰਕੇ ਜੋ ਵੀ ਡੂੰਘਾਈ ਨਾਲ ਤਫਤੀਸ਼ ਕਰਕੇ ਜਿਹੜੀ ਹੈ ਇਸ ਕੇਸ ਕਰਾਂਗੇ।